ਪਿਆਰੇ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਥਾਂ ਤੇ ਰੁਕ ਜਾਈਏ, ਮੈਂ ਤੁਹਾਡਾ ਧੰਨਵਾਦ ਕਰਦਾ ਕਿ ਇੰਨੀ ਬਾਰਿਸ਼ ਦੇ ਵਿੱਚ ਅੱਜ ਤਾਂ ਉਹ ਬਾਬੇ ਫਰੀਦ ਦੀ ਗੱਲ ਯਾਦ ਆਉਂਦੀ ਹੈ। ਚਿੱਕੜ ਗਲੀਏ ਗਲੀਏ ਚਿੱਕੜ ਦੂਰ ਕਰ, ਨਾਲ ਪਿਆਰੇ ਨਿਹੋ। ਅੱਜ ਸਾਰੇ ਲੋਕ ਆਪਣੇ ਗੁਰੂ ਤੋਂ ਬੁਲਾ ਜਾ ਰਹੇ ਹੋ, ਤੁਸੀਂ ਮੈਨੂੰ ਅਤਿਅੰਤ ਖੁਸ਼ੀ ਹੋ ਰਹੀ। ਗੁਰੂ ਤੁਹਾਡੇ ਸਾਰਿਆਂ ਦੀ ਇਹ ਯਾਤਰਾ ਜਿਹੜੀ ਤੁਸੀਂ ਕਰ ਰਹੇ ਹੋ ਨਗਰ ਕੀਰਤਨ ਦੇ ਰੂਪ ਵਿੱਚ, ਜੋ ਜੋ ਵੀ ਤੁਹਾਡੀਆਂ ਭਾਵਨਾ ਨੇ, ਜਿਸ ਸ਼ਰਧਾ ਕਰਕੇ ਤੁਸੀਂ ਗੁਰੂ ਜੀ ਦੇ ਨਾਲ ਨਾਲ ਆ ਰਹੇ ਹੋ, ਭੈਣਾਂ ਆ ਰਹੀਆਂ ਨੇ, ਵੀਰ ਆ ਰਹੇ ਨੇ, ਬਜ਼ੁਰਗ ਆ ਰਹੇ ਨੇ, ਬਜ਼ੁਰਗ ਮਾਤਾਵਾਂ ਆ ਰਹੀਆਂ, ਛੋਟੇ ਛੋਟੇ ਬੱਚੇ ਆ ਰਹੇ ਹੈ। ਮੇਰੀ ਅਰਦਾਸ ਹੈ ਗੁਰੂ ਹਰਗੋਬਿੰਦ ਪਾਤਸ਼ਾਹ, ਮੇਰੀ ਪੀੜ੍ਹੀ ਦੇ ਮਾਲਕ ਦੇ ਚਰਨਾਂ ਵਿੱਚ, ਕਿ ਸੱਚੇ ਪਾਤਸ਼ਾਹ, ਇਹ ਤੇਰੇ ਪਿਆਰ ਸਦਕਾ, ਇਹ ਤੇਰੀ ਮੁਹੱਬਤ ਸਦਕਾ ਲੋਕ ਸਾਰੇ ਆ ਰਹੇ ਨੇ, ਔਰ ਤੇਰਾ ਜਸ ਸੁਣਨ ਵਾਸਤੇ, ਤੇਰਾ ਜਸ ਕਰਨ ਵਾਸਤੇ ਇਹ ਸਾਰੀਆਂ ਵਡਿਆਈਆਂ ਤੇਰੀਆਂ ਨੇ, ਤੂੰ ਕਿਰਪਾ ਕਰਦਾ ਹੈ। ਤਾਂ ਇਹ ਅਰਦਾਸ ਹੈ ਕਿ ਕਿਰਪਾ ਇਹਨਾਂ ਉੱਤੇ ਵੀ ਬਣਾਈ ਰੱਖ। ਆਪਣੇ ਪੰਜ ਪਿਆਰੇ ਸਾਹਿਬਾਨ ਹਜ਼ੂਰ ਦੀ ਤਾਬਿਆ ਵਿੱਚ ਖਲੋਤੇ ਹੋਏ ਹੈ। ਕਲਗੀ ਵਾਲੇ ਪਾਤਸ਼ਾਹ ਦਾ ਬਚਨ ਸੀ ਕਿ ਜਦੋਂ ਸਾਡਾ ਰੂਪ ਵੇਖਣਾ ਹੋਵੇ, ਉਦੋਂ ਪੰਜ ਪਿਆਰੇ ਸਾਹਿਬਾਨ ਗੁਰੂ ਦੀ ਤਾਬਿਆ ਵਿੱਚ ਸਾਰੇ ਗੁਰੂ ਅੱਜ ਉਹਨਾਂ ਨੂੰ ਦਰਸ਼ਨ ਦੇਣ ਵਾਸਤੇ ਆਪ ਚੱਲ ਰਿਹਾ ਹੈ, ਆਪ ਚੱਲ ਰਿਹਾ। ਵੀਰੋ, ਇਹ ਮਿਹਰ ਬਰਸ ਰਹੀ ਹੈ, ਆਓ 20 ਮਿੰਟ ਦਾ ਸਮਾਂ ਹੈ। ਪਹਿਲਾਂ ਅਰਦਾਸ ਕਰੀਏ ਕਿ ਸੱਚੇ ਪਾਤਸ਼ਾਹ ਅੱਡਾ ਕੀਤਾ, ਕਹਿੰਦੇ ਇਹ ਸਮਾਂ ਜਿਵੇਂ ਹੁਕਮ ਹੈ, ਆਓ ਸਭ ਤੋਂ ਪਹਿਲਾਂ ਹਜ਼ੂਰ ਦੇ ਚਰਨਾਂ ਵਿੱਚ ਬੇਨਤੀ ਕਰੀਏ ਕਿ ਸੱਚੇ ਪਾਤਸ਼ਾਹ ਕਿਰਪਾ ਕਰੇ, ਰਹਿਮਤ ਕਰੇ, ਤੇ ਫਿਰ ਕੋਈ 6ਵੇਂ ਪਾਤਸ਼ਾਹ ਦੇ ਜੀਵਨ ਵਿੱਚੋਂ ਇੱਕ ਝਲਕ ਤੁਹਾਡੇ ਨਾਲ ਸਾਂਝੀ ਕਰਾਂਗੇ। ਫਿਰ ਜਿੱਥੇ ਹੁਕਮ ਹੋਏਗਾ ਉੱਥੇ ਤੁਹਾਡੀ ਸੇਵਾ ਵਿੱਚ ਹਾਜ਼ਰ ਹੋਵਾਂਗੇ। ਆਓ ਗਰਮੇਲ ਸਿੰਘ ਮਰਹਾਣਾ, ਸਿਕੰਦਰ ਸਿੰਘ ਜਾਜੀਵਾਲ, ਅੰਗਰੇਜ਼ ਸਿੰਘ ਦੁਬਲੀ, ਵੈਂਕੇ ਦਾ ਜਥਾ ਇਹ ਪੇਸ਼ ਕਰ। ਪਿਆਰ ਪਾਉਣਾ ਤਾਂ ਹਰ ਕੋਈ ਜਾਣਦਾ ਏ, ਇੱਛਾ ਪਿਆਰ ਦਾ ਪਾਉਂਦਾ ਏ, ਮੁੱਲ ਕੋਈ ਕੋਈ। ਪਿਆਰ ਪਾਉਣਾ ਤਾਂ ਹਰ ਕੋਈ ਜਾਣਦਾ ਏ, ਇੱਛਾ ਪਿਆਰ ਦਾ ਪਾਉਂਦਾ ਏ, ਮੁੱਲ ਕੋਈ ਕੋਈ। ਦਗੇ ਬਾਜਾ ਕਰੇਬ ਨੇ ਮੋਟ ਵੇਖੇ, ਜਾਂਦਾ ਪਿਆਰ ਦੇ ਕੰਡੇ ਤੇ, ਤੁਲ ਕੋਈ ਕੋਈ। ਆਮ ਬਾਗਾ ਬਹਾਰ ਨੇ ਖਿੜੇ ਰਹਿੰਦੇ, ਖਿੜਦਾ ਪਿਆਰ ਦਾ ਬਹਾਰ ਨਾ ਫੁੱਲ ਕੋਈ ਕੋਈ। ਤਿਲੋ ਪਿਆਰੇ ਨੂੰ ਪਿਆਰੇ ਦਾ ਕੁੜੀ ਕੁੜੀ, ਸ਼ੰਕਾ ਦੂਈ ਦਾ ਕਰਦਾ ਏ, ਕੁੜੀ ਕੁੜੀ। ਸਰਬਰ ਕਿਰਪਾ ਦੇ ਸਾਗਰ ਕਰਦੇ ਜਗਦਾਵ ਜਾਗਰ, ਜਾਣੇ ਨਾ ਖੜਦੀ ਦੁਨੀਆਂ
ਸੁਣੀਆਂ ਕੀਤੀ ਤੈਨੂੰ ਸਦਾ ਨਮਸਕਾਰ ਜੀ ਮੇਰਾ ਦੇ ਮਈਆ ਕਵਤਾ ਦੀ ਖਿੜ ਚ ਬਹਾਰ ਜੀ ਮੇਰਾ ਦੇ ਸਾਈਆਂ ਹੋਵੇ ਜਗ ਜੇ ਧਰਮ ਦੀ ਸੋਭਾ ਹੋਏ ਨੇ ਕਰਮ ਦੀ ਆ ਗਏ ਚਲ ਤੇਰੀ ਸ਼ਰਣੇ ਬਾਣੀ ਦੇ ਚੱਲਣ ਚਰਣੇ ਛੋੜਨਾ ਕਿਸੇ ਦੀ ਸੇਵਾ ਕਾਣ ਜੀ ਚਰਨਾ ਨਾ ਲੱਗਿਆ ਟੁੱਟ ਨਾ ਪ੍ਰੀਤ ਨਾ ਜਾਨ ਜੀ ਚਰਨਾ ਨਾ ਲੱਗਿਆ ਸਤਿਗੁਰ ਕਿਰਪਾ ਦੇ ਸਾਗਰ ਕਰ ਦਿਓ ਜਗ ਨਾਮ ਜਾਗਰ ਜਾਣੇ ਨਾ ਖੜਦੀ ਦੁਨੀਆ ਜਿਸ ਲਈ ਰਿਸ਼ੀਆਂ ਮੁਨੀਆਂ ਕੀਤੀ ਤੈਨੂੰ ਸਾਦਾ ਨਮਸਕਾਰ ਜੀ ਮੇਰਾ ਦੇ ਮਈਆ ਕਵਤਾ ਦੀ ਖਿੜ ਚ ਬਹਾਰ ਜੀ ਮੇਰਾ ਦੇ ਸਾਈਆ ਹੋਵੇ ਜਗ ਜੈ ਧਰਮ ਦੀ ਸੋਭਾ ਹੋਏ ਨੇ ਕਰਮ ਦੀ ਆ ਗਏ ਗੋਲੀ ਦੇ ਆਖੇ ਲੱਗ ਕੇ ਕਿ ਇਹ ਸਭ ਕੁਝ ਮੇਰੇ ਪੁੱਤਰ ਮਿਹਰਬਾਨ ਦਾ ਹੈ
ਮੇਰੇ ਪਤੀ ਨੇ ਇਹਦੇ ਪਤੀ ਨੂੰ ਸਰਾਪ ਦਿੱਤਾ ਹੋਇਆ ਕਿ ਇਹਨਾਂ ਦੇ ਘਰ ਪੁੱਤਰ ਪੈਦਾ ਨਹੀਂ ਹੋਣਾ। ਜਦੋਂ ਇਹ ਔਂਤਰੇ ਜਹਾਰ ਵਿੱਚੋਂ ਜਾਂਦੇ ਆ, ਮਾਤਾ ਗੰਗਾ ਜੀ ਨੇ ਜਦੋਂ ਇਹ ਬਚਨ ਸੁਣੇ ਚੁੱਪ ਕਰ ਗਏ। ਜਦੋਂ ਗੁਰੂ ਅਰਜਨ ਦੇਵ ਜੀ ਸ਼ਾਮਾਂ ਨੂੰ ਗ੍ਰਹਿ ਵਿਖੇ ਆਏ, ਮਾਤਾ ਗੰਗਾ ਜੀ ਨੇ ਪ੍ਰਸ਼ਾਦ ਪਾਣੀ ਛਕਾ ਕੇ ਸੇਵਕਾਂ ਵਾਂਗ ਗਲ ਵਿੱਚ ਪੱਲਾ ਪਾ ਕੇ ਅੱਖਾਂ ਹੰਝੂਆਂ ਨਾਲ ਭਰੀਆਂ ਹੋਈਆਂ ਨੇ। ਗੁਰੂ ਅਰਜਨ ਦੇਵ ਜੀ ਨੇ ਪੁੱਛਿਆ, ਗੰਗਾ ਜੀ ਤੁਹਾਡੇ ਨੇਤਰਾਂ ਵਿੱਚ ਕਦੀ ਜਲ ਨਹੀਂ ਵੇਖਿਆ, ਕੀ ਗੱਲ ਆ ਜੀ ਕਿਉਂ ਨੇਤਰਾਂ ਵਿੱਚ ਜਲ ਆਇਆ ਹੈ? ਉਹਨੇ ਕਿਹਾ, ਸੱਚੇ ਪਾਤਸ਼ਾਹ ਤੁਸੀਂ ਲੋਕਾਂ ਨੂੰ ਪੁੱਤਰ ਬਖਸ਼ਦੇ ਹੋ, ਮੇਰਾ ਕਰਦੇ ਹੋ, ਬਾਦਸ਼ਾਹੀਆਂ ਬਖਸ਼ਦੇ ਹੋ, ਮੈਂ ਵੀ ਮਹਾਬੰਦੀ ਚਾਹੁੰਦੀ ਹਾਂ, ਮੈਂ ਵੀ ਪੁੱਤਰ ਚਾਹੁੰਦੀ ਹਾਂ, ਇੱਕ ਕਿਰਪਾ ਕਰੋ, ਗੁਰੂ ਨਾਨਕ ਦੇ ਖਜ਼ਾਨੇ ਵਿੱਚੋਂ ਮੈਨੂੰ ਵੀ ਲੈ ਕੇ ਦਿਓ। ਗੁਰੂ ਅਰਜਨ ਦੇਵ ਜੀ ਕਹਿਣ ਲੱਗੇ, ਗੰਗਾ ਸਾਡੇ ਵੱਡੇ ਭਰਾਤਾ ਨੇ ਸਾਨੂੰ ਵਚਨ ਦਿੱਤਾ ਹੋਇਆ ਹੈ ਕਿ ਸਾਡੇ ਘਰ ਪੁੱਤਰ ਪੈਦਾ ਨਹੀਂ ਹੋਣਾ। ਪੀੜ ਵਿੱਚ ਬਾਬਾ ਜੀ ਬੈਠੇ ਹੋਏ ਨੇ, ਸਰਬ ਕਲਾ ਸਮਰੱਥ ਨੇ, ਉਹਨਾਂ ਦੇ ਕੋਲ ਜਾਓ, ਅਰਦਾਸ ਕਰਵਾਓ। ਸਿੱਖੀ ਵਿੱਚ ਅਰਦਾਸ ਨੂੰ ਵੱਡੀ ਮਹਾਨਤਾ ਹੈ। ਮਾਤਾ ਗੰਗਾ ਜੀ ਨੇ ਅੰਮ੍ਰਿਤ ਵੇਲੇ ਆਪਣੇ ਹੱਥੀ ਚੱਕੀ ਪੀਸ ਕੇ ਪ੍ਰਸ਼ਾਦੇ ਤਿਆਰ ਕੀਤੇ, ਔਰ ਮਾਤਾ ਗੰਗਾ ਜੀ ਨੇ ਆਪਣੇ ਹੱਥੀ ਦੁੱਧ ਰਿੜਕਿਆ, ਲੱਸੀ ਬਣਾਈ, ਦਹੀਂ ਬਣਾਇਆ, ਮੱਖਣ ਬਣਾਇਆ, ਨਾਲ ਗੰਢਾ ਨਾਲ ਚਾਰ ਲੈ ਕੇ ਜੱਟਾਂ ਦਾ ਖਾਣਾ। ਮਾਤਾ ਗੰਗਾ ਜੀ ਪਹੁੰਚੇ ਨੇ ਬੀੜ ਬਾਬਾ ਬੁੱਢਾ ਸਾਹਿਬ, ਜਿੱਥੇ ਅੱਜ ਕੱਲ ਲੋਕ ਮਰਾਦਾ ਪਾਉਂਦੇ ਆ, ਅਰਦਾਸਾਂ ਕਰਵਾਉਂਦੇ ਆ, ਗੁਰੂ ਕੇ ਜਿਹੜੇ ਪਸ਼ੂ ਨੇ ਉਹਨਾਂ ਨੂੰ ਪਾਉਣ ਵਾਸਤੇ। ਮਾਤਾ ਗੰਗਾ ਜੀ ਨੇ ਇੱਕ ਰੁੱਖ ਥੱਲੇ ਖਲੋ ਕੇ ਛਾਵੇਂ ਆਵਾਜ਼ ਦਿੱਤੀ, ਬਾਬਾ ਜੀ ਪ੍ਰਸ਼ਾਦਾ ਛਕ ਲਵੋ। ਜਦੋਂ ਮਾਤਾ ਜੀ ਦੀ ਆਵਾਜ਼ ਬਾਬਾ ਬੁੱਢਾ ਜੀ ਦੇ ਕੰਨਾਂ ਵਿੱਚ ਪਈ, ਉਹਨਾਂ ਨੇ ਰੰਬੀ ਦਾਤਰੀ ਸੁੱਟ ਦਿੱਤੀ, ਹੱਥ ਝਾੜਦੇ ਝਾੜਦੇ ਉੱਠ ਕੇ ਕਹਿਣ ਲੱਗੇ, ਮਾਂ ਆਖਰ ਪੁੱਤਾਂ ਦਾ ਫਿਕਰ ਮਾਵਾਂ ਨੂੰ ਹੀ ਹੁੰਦਾ, ਮਾਂ ਜੀ ਕਿਸੇ ਪਾਸੇ ਪ੍ਰਸ਼ਾਦਾ ਨਹੀਂ ਆਇਆ, ਪ੍ਰਸ਼ਾਦਾ ਨਹੀਂ ਆਇਆ। ਮਾਤਾ ਗੰਗਾ ਜੀ ਨੇ ਹੱਥ ਸੁੱਚੇ ਕਰਵਾ ਕੇ, ਬਾਬਾ ਬੁੱਢਾ ਜੀ ਬਹਿ ਗਏ ਨੇ, ਹੱਥ ਉੱਤੇ ਉਹਨਾਂ ਪ੍ਰਸ਼ਾਦੇ ਰੱਖ ਲਏ ਨੇ, ਲੱਗੇ ਨੇ ਗੰਢਾ ਜਿਹੜੇ ਭੰਨਣ, ਔਰ ਮਾਤਾ ਗੰਗਾ ਜੀ ਨੇ ਮਾਂ ਬਾਰੇ ਔਰ ਪੁੱਤ ਬਾਰੇ ਇੱਕ ਸਾਂਝ ਦਾ ਜਿਹੜਾ ਤਰਜਮਾ ਕੀਤਾ ਕਿ ਬਾਬਾ ਜੀ ਭਾਵੇਂ ਮਾਂ ਅੰਨੀ ਹੋਵੇ, ਕਚੱਜੀ ਹੋਵੇ, ਉਹਦੇ ਘਰ ਪੁੱਤਰ ਹੋ ਜਾਏ ਤਾਂ ਉਹਨੂੰ ਖੁਸਿਆ ਹੋਇਆ ਰਾਜ ਵੀ ਦਵਾ ਦਿੰਦਾ ਹੈ। ਮਾਂ ਗੰਗਾ ਬਾਬਾ ਬੁੱਢਾ ਜੀ ਨਾਲ ਪੁੱਤਾਂ ਪ੍ਰਤੀ ਇੱਕ ਸਾਖੀ ਇਉਂ ਸ਼ੁਰੂ ਕਰ। ਚੁੱਕ ਪੁਰਖਾਂ ਤੋਂ ਕਿਹੜੀਆਂ ਵਿਚਾਰ ਭੁੱਲੀਆਂ, ਜੀ ਬਸੰਤ ਕੋਲੋਂ ਕਦੋਂ ਨੇ ਬਹਾਰ ਭੁੱਲੀਆਂ, ਜੋ ਵੀ ਧਰਤੀ ਦੇ ਵਿੱਚ ਅਸਮਾਨ ਬਾਬਾ ਜੀ ਤੁਸੀਂ ਜਾਣਦੇ, ਦਿਲਾਂ ਦੀ ਜਾਣੀ ਜਾਣ ਬਾਬਾ ਜੀ। ਚੁੱਕ ਪੁਰਖਾਂ ਤੋਂ ਕਿਹੜੀਆਂ ਵਿਚਾਰ ਭੁੱਲੀਆਂ, ਜੀ ਬਸੰਤ ਕੋਲੋਂ ਕਦੋਂ ਨੇ ਬਹਾਰ ਭੁੱਲੀਆਂ, ਧਰਤੀ ਦੇ ਵਿੱਚ ਅਸਮਾਨ ਬਾਬਾ ਜੀ ਤੁਸੀਂ ਜਾਣਦੇ, ਦਿਲਾਂ ਦੀ ਜਾਣੀ ਜਾਣ ਬਾਬਾ ਜੀ। ਲੱਖ ਦੌਲਤਾਂ ਬਾਰੇ ਨਵੇਂ ਦਾ ਸ਼ਿਕਾਰਨਾ, ਸਾਰਾ ਜੱਗ ਸੁਣਦਾ ਬਰਾਰ ਹੋਣ ਹਾਰਦਾ, ਖਾਲੀ ਬੋੜੀ ਉਹਨਾਂ ਦੇਵ ਵਰਦਾਨ ਬਾਬਾ ਜੀ ਤੁਸੀਂ ਜਾਣਦੇ, ਦਿਲਾਂ ਦੀ ਜਾਣੀ ਜਾਣ ਬਾਬਾ ਜੀ। ਤੁਸੀਂ ਜਾਣਦੇ, ਦਿਲਾਂ ਦੀ ਜਾਣੀ ਜਾਣ ਬਾਬਾ ਜੀ।
ਨਾਲ ਪਾਉਂਦੀਆਂ ਪੁੱਤਾਂ ਨੇ ਸਿੱਧੀਆਂ ਕੁਚਰਜੀਆਂ ਮਾਵਾਂ ਅੰਨੀਆਂ ਨੇ ਸਰਵਰ ਪੁੱਤਾਂ ਨੇ ਕੱਜੀਆਂ ਪੁੱਤ ਮਾਪਿਆਂ ਲਈ ਧਰਮ ਅਮਾਨ ਬਾਬਾ ਜੀ ਤੁਸੀਂ ਜਾਣਦੇ ਦਿਲਾਂ ਦੀ ਜਾਣੀ ਜਾਣ ਬਾਬਾ ਜੀ ਬੀਬੀ ਕਰਮਾਂ ਦੇ ਤਾਨਿਆਂ ਨੇ ਤੰਗ ਕਰਿਆ ਬੀਬੀ ਕਰਮਾਂ ਦੇ ਤਾਨਿਆਂ ਨੇ ਤੰਗ ਕਰਿਆ ਬੀਬੀ ਕਰਮਾਂ ਦੇ ਤਾਨਿਆਂ ਨੇ ਤੰਗ ਕਰਿਆ ਜਾਂਦਾ ਮੈਥੋਂ ਦੀ ਜੇ ਬੱਚੀ ਨੇ ਚਾਰ ਚਲੀ ਚਾਰਾ ਮਾਪੇ ਕੰਸ ਤੋਂ ਮਾਪੇ ਕੰਸ ਤੋਂ ਮਾਪੇ ਕੰਸ ਤੋਂ ਛਡਾਏ ਸੀ ਕਾਨ ਬਾਬਾ ਜੀ ਤੁਸੀਂ ਜਾਣਦੇ ਦਿਲਾਂ ਦੀ ਜਾਣੀ ਕਾਨ ਬਾਬਾ ਜੀ ਜਗ ਚੰਦਰੇ ਦੀ ਅੱਖ ਚੋਣ ਆਵੇ ਵਾਸ਼ਨਾ ਸਾਧੂ ਰੱਬ ਰੂਪ ਕਦੇ ਮੋੜ ਦੇ ਨਿਰਾਸ਼ਨਾ ਸਾਡਾ ਵੀਰ ਹੈ
ਪਿਆਰ ਕਰਦਾ ਹੈ, ਉਹਦੇ ਵੱਲੋਂ ਮਾਇਆ ਵੀ ਆਈ ਹੈ, ਉਹ ਸੇਵਾ ਵੀ ਕਰ ਰਿਹਾ ਸਾਰਿਆਂ ਦੀ ਵੀ। ਗੁਰੂ ਇਹਨਾਂ ਦੀ ਵੀ ਚੜ੍ਹਦੀ ਕਲਾ ਕਰੇ, ਸਾਰੇ ਸੇਵਾਦਾਰ ਜਿਤਨੇ ਵੀ ਸੇਵਾ ਕਰ ਰਹੇ ਨੇ, ਕੋਈ ਜਲ ਪਾਣੀ ਵਰਤਾ ਰਹੇ ਨੇ, ਕੋਈ ਅੱਗੇ ਝਾੜੂਆਂ ਦੀ ਸੇਵਾ ਕਰ ਰਹੇ ਨੇ, ਸਾਰਿਆਂ ਦਾ ਧੰਨਵਾਦ ਹੈ। ਗੁਰੂ ਸਾਰਿਆਂ ਦੀ ਸੇਵਾ ਲੇਖੇ ਲਾਵੇ, ਇੰਨੀ ਕੁ ਸੇਵਾ ਪ੍ਰਵਾਨ ਕਰਿਓ, ਅੱਗੇ ਚੱਲ ਕੇ ਜਿੱਥੇ ਵੀ ਹੁਕਮ ਕਰੋਗੇ ਤੁਹਾਡੀ ਸੇਵਾ ਵਿੱਚ ਹਾਜ਼ਰ ਹੋਵਾਂਗੇ। ਬੈਂਕੇ ਨੂੰ ਬੁਲਾਓ, ਫਤਿਹ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।